ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਦੇ ਵਿੱਚ ਥਾਣਾ ਸਿਟੀ ਪੁਲਿਸ ਵੱਲੋਂ ਬੀਤੀ 18 ਮਈ ਨੂੰ ਸ਼ੱਕ ਦੇ ਆਧਾਰ ਤੇ ਪਨੀਰ ਮੱਖਣ ਅਤੇ ਦਹੀਂ ਸਪਲਾਈ ਕਰਨ ਵਾਲੀ ਇੱਕ ਗੱਡੀ ਨੂੰ ਰੋਕਿਆ ਗਿਆ ਸੀ, ਜਿਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਨੂੰ ਬੁਲਾ ਕੇ ਪਨੀਰ ਮੱਖਣ ਅਤੇ ਦੁੱਧ ਦੀ ਸੈਂਪਲਿੰਗ ਕਰਵਾਈ ਗਈ ਸੀ। ਤੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 18 ਮਈ ਨੂੰ ਕਰਵਾਈ ਗਈ ਸੈਂਪਲਿੰਗ ਦੀ ਰਿਪੋਰਟ ਉਹਨਾਂ ਨੂੰ ਫੂਡ ਸੇਫਟੀ ਅਫਸਰ ਵੱਲੋਂ ਦਿੱਤੀ ਗਈ, ਜਿਸ ਵਿੱਚ ਸੈਂਪਲ ਫੇਲ ਪਾਏ ਗਏ ਨੇ ਤੇ ਇਸ ਫੇਲ ਸੈਂਪਲ ਦੇ ਆਧਾਰ ਉੱਤੇ ਮਿਲਕ ਡੇਅਰੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜ਼ਬਤ ਕੀਤਾ ਗਿਆ 4 ਕੁਇੰਟਲ ਪਨੀਰ, 10 ਕਿਲੋ ਦਹੀਂ ਅਤੇ 5 ਕਿਲੋ ਮੱਖਣ ਵੀ ਨਸ਼ਟ ਕਰ ਦਿੱਤਾ ਗਿਆ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਪਿਛਲੇ ਦਿਨੀ ਜੋ ਇਹ ਇੱਕ ਸ਼ੱਕ ਦੇ ਆਧਾਰ ਤੇ ਪਨੀਰ ਦਹੀਂ ਤੇ ਮੱਖਣ ਦੀ ਗੱਡੀ ਅਸੀਂ ਇੱਕ ਰਾਊਂਡ ਅਪ ਕੀਤੀ ਸੀ ਸਿਹਤ ਵਿਭਾਗ ਦੀ ਟੀਮ ਦੇ ਨਾਲ, ਜਿਸ ਦੀ ਸੈਂਪਲਿੰਗ ਕਰਾਈ ਗਈ ਸੀ, ਜੋ ਅੱਜ ਸਾਨੂੰ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਵੱਲੋਂ ਉਹਦੀ ਰਿਪੋਰਟ ਸਾਨੂੰ ਮਸ਼ਹੂਲ ਹੋਈ ਸੀ। ਜੋ ਰਿਪੋਰਟ ਮੁਤਾਬਕ ਇਹ ਸੈਂਪਲ ਫੇਲ ਹੋ ਚੁੱਕੇ ਨੇ ਅਤੇ ਜਿਸ ਦੇ ਤਹਿਤ ਅਸੀਂ ਇਹ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਨੂੰ ਨਾਲ ਲੈ ਕੇ ਉਹ ਜਿਹੜਾ ਪਨੀਰ ਸੀ, 4 ਕੁਇੰਟਲ ਪਨੀਰ, 10 ਕਿਲੋ ਦਹੀਂ ਅਤੇ 5 ਕਿਲੋ ਮੱਖਣ ਸੀ, ਉਹਨੂੰ ਅਸੀਂ ਉਹਨਾਂ ਦੀ ਟੀਮ ਦੀ ਹਾਜ਼ਰੀ ਦੇ ਵਿੱਚ ਡਿਸਟਰੋਏ ਕੀਤਾ ਗਿਆ ਅਤੇ ਉਹਨਾਂ ਦੋਸ਼ੀਆਂ ਦੇ ਖਿਲਾਫ਼ ਅਸੀਂ ਹੁਣ FIR ਰਜਿਸਟਰ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ। ਮੈਂ ਇਹੀ ਕਹਿਣਾ ਚਾਹੁੰਦਾ ਵੀ ਸਿਹਤ ਵਿਭਾਗ ਦੀ ਟੀਮ ਨੂੰ ਅਸੀਂ ਨਾਲ ਹੁਣ ਰੈਗੂਲਰ ਤਾਲਮੇਲ ਕਰਕੇ ਜੋ ਵੀ ਸਾਨੂੰ ਸ਼ੱਕ ਦੇ ਬਿਨਾਂ 'ਤੇ ਲੱਗਣਗੇ ਇਹ, ਇਹਨਾਂ ਦੀ ਰੈਗੂਲਰ ਸੈਂਪਲਿੰਗ ਕਰਾਈ ਜਾਊਗੀ ਅਤੇ ਮੈਂ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਆਪਣੇ ਲੈਵਲ 'ਤੇ ਵੀ ਇਹ ਰੂਟੀਨ 'ਚ ਇਹ ਆਪਦੀ ਇੱਕ ਮੁਹਿੰਮ ਚਲਾਉਣ ਤਾਂ ਜੋ ਲੋਕਾਂ ਨੂੰ ਇੱਕ ਜਿਹੜੀਆਂ ਮਾੜੀਆਂ ਚੀਜ਼ਾਂ ਖਾਣ ਨੂੰ ਮਿਲ ਰਹੀਆਂ ਨੇ ਉਹਨਾਂ ਤੋਂ ਰਾਹਤ ਮਿਲੇ। ਇਹ ਫਰਮ ਸੀਗੀ ਜੀ ਸਿੰਗਲਾ ਮਿਲਕ ਸੈਂਟਰ ਦਿੜਵਾ ਜੀ, ਇਹ ਅੰਡਰ ਸੈਕਸ਼ਨ 272-73 IPC ਜੀ, ਅਤੇ ਬਾਕੀ ਜੋ ਵੀ ਹੋਰ ਰਿਪੋਰਟ ਮੁਤਾਬਕ ਬਣਦੀਆਂ ਨੇ ਡਿਸਟ੍ਰਿਕਟ ਫੂਡ ਸੇਫਟੀ ਐਕਟ ਦੇ ਉਹ ਆਪਦੀ ਵੱਖਰੀ ਕਾਰਵਾਈ ਅਮਲ 'ਚ ਲਿਆ ਰਹੇ ਨੇ। ਅਤੇ ਜੋ ਓਨਰ ਆ ਜੀ ਇਹਦਾ ਮਨਦੀਪ ਕੁਮਾਰ ਆ ਜੀ, ਸਾਨੂੰ ਮੰਗਤ ਰਾਏ ਅਤੇ ਨਾਲ ਸਲੀਮ ਖਾਨ ਆ ਜੀ ਇੱਕ ਦੋਸ਼ੀ ਨਾਲ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ੱਕੀ ਡੇਅਰੀ ਸੈਂਟਰਾਂ ਦੀ ਸੈਂਪਲਿੰਗ ਕੀਤੀ ਜਾਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਮਿਲਾਵਟਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜਗਬਾਣੀ TV ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।